बंदा मर खप के खेतो आया ओनू पानी दे घुट दे पी लैन दिया करो। मां तू फर्क कर दे दोनों पुत्तां च, ओदे पिछे ते पानी चक चक फिरदी रहनी है ते मेरा पुछदी वी नहीं। ਇਹਨੂੰ ਕਹਿੰਦੇ ਦਬ ਦਵਾ ਆ ਤਾਂ ਸਿਆਪਾ ਮੁੱਕ ਗਿਆ, ਆਰਾਮ ਨਾਲ ਵਿਆਹ ਜਾਵਾਂਗੇ ਪਰਸੋਂ। ਕੁਛ ਨਹੀਂ ਬਚਿਆ ਨਾ, ਇਹ ਬੁੱਕੀ ਜਾਂਦੀ ਹੈ, ਕੋਈ ਗੱਲ ਵੀ ਦੱਸੋਗੇ? ਉਹ ਗੱਲ ਐ ਆ, ਡਾਕਟਰ ਨੇ ਜਵਾਬ ਦਿੱਤਾ ਵੀ ਮਾਂ ਨਹੀਂ ਬਣ ਸਕਦੀ ਐ। ਆ ਜਿਹੜਾ ਆਪਣਾ ਦੂਜਾ ਬੱਚਾ ਹੈ ਨਾ, 5-7 ਮਹੀਨੇ ਤੱਕ ਇਹ ਵੀ ਆਜੂ, ਮੈਂ ਤਾਂ ਤੇਰੇ ਵਾਸਤੇ ਇੰਨਾ ਕਰ ਸਕਦੀ ਹਾਂ, ਤੁਸੀਂ ਇਹਨੂੰ ਗੋਦ ਲੈ ਲਿਓ। ਲਿਓ ਦੀਦੀ ਮੈਨੂੰ ਵੀ ਦਿਓ। ਤੈਨੂੰ ਹਲੇ ਨਾ ਸਾਂਭਣਾ ਨਹੀਂ ਆਉਂਦਾ, ਤੂੰ ਕੰਮ ਕਰ ਲੈ। ਠੀਕ ਐ ਦੀਦੀ। ਬੁਲਬੁਲ ਆਪਣਾ ਕਿਹੜਾ ਕੁਝ ਵੰਡਿਆ ਹੋਇਆ, ਆਪਾਂ ਇੱਕ ਘਰ 'ਚ ਤਾਂ ਰਹਿੰਦੇ ਹਾਂ, ਇਹ ਦੋਨੇ ਬੱਚੇ ਤੇਰੇ ਹੀ ਨੇ, ਜਿੰਨਾ ਮਰਜ਼ੀ ਇਹਨਾਂ ਨੂੰ ਪਿਆਰ ਕਰ, ਲਾਡ ਕਰ, ਜਿੰਨੀ ਮਰਜ਼ੀ ਦੇਖਭਾਲ ਕਰ। ਚੱਲ ਠੀਕ ਹੈ ਭੈਣੇ, ਜਿੱਥੇ ਇੰਨਾ ਟਾਈਮ ਹੋਰ ਸਬਰ ਕੀਤਾ ਉੱਥੇ 1 ਮਹੀਨਾ ਹੋਰ ਦੇਖ ਲੈਂਦੀ ਹਾਂ ਮੈਂ। 9 ਮਹੀਨੇ ਸਾਮਿਆ ਤੇ 3 ਮਹੀਨੇ ਹੋਣਾ ਹੋਵੇ, ਕਿੰਨੀ ਦੇਖਭਾਲ ਕਰਦੀ ਹੈ। ਮੈਂ ਤੁਹਾਨੂੰ ਇਹ ਕਹਿਣਾ, ਇਹਨੂੰ ਬੱਚਾ ਦੇ ਦੇ। ਕੋਈ ਨਾ ਚੰਨੀ, ਮਹੀਨੇ ਕੁ ਤੱਕ ਦੇ ਦੂੰਗੀ ਬੱਚਾ, ਮੈਂ ਕਿਹਾ ਤਾਂ ਸੀ ਬੁਲਬੁਲ ਨੂੰ। ਕੀ ਹੋਇਆ ਚੰਨੀ? ਦੇ ਭਾਬੀ ਇੱਕ ਗੱਲ ਕਰਨਾ ਚਾਹੁੰਦੇ ਆ। ਇਹਦੀ ਵੀ ਰਮਾਨ ਹੈ, ਤਨ 9 ਮਹੀਨੇ ਸਾਮਿਆ ਤੇ 3 ਮਹੀਨੇ ਹੋਣਾ ਉਹ, ਕਿੰਨੀ ਦੇਖਭਾਲ ਕਰਦੀ। ਮੈਂ ਤੈਨੂੰ ਐ ਕਹਿਣਾ, ਇਹਨੂੰ ਬੱਚਾ ਦੇ ਦੇ। ਕੋਈ ਨਾ ਚੰਨੀ, ਮਹੀਨੇ ਕੁ ਤੱਕ ਦੇ ਦੂੰਗੀ ਬੱਚਾ, ਮੈਂ ਕਿਹਾ ਤਾਂ ਸੀ ਬੁਲਬੁਲ ਨੂੰ। ਦੇ ਭਾਬੀ ਉਹ ਤਾਂ ਗੱਲ ਤੇਰੀ ਸਹੀ ਆ, ਜਿੰਨਾ ਇੰਨਾ ਟਾਈਮ ਅਸੀਂ ਇੰਤਜ਼ਾਰ ਕਰ ਲਿਆ, 1 ਮਹੀਨਾ ਹੋਰ ਕਰ ਲਾਂਗੇ। ਗੱਲ ਐ ਆ, ਤੂੰ ਇੱਕ ਕਾਨੂੰਨੀ ਤੌਰ ਤੇ ਬੱਚਾ ਲੈਣਾ ਚਾਹੁੰਦਾ ਤੇ ਪੂਰੇ ਲਿਖਤ ਲਿਖਾ ਕਰ ਲੈ ਕਿ ਸਾਨੂੰ ਵੀ ਯਕੀਨ ਜਾ ਹੋਜੂਗਾ। ਚੰਨੀ ਆਪਾਂ ਕਿਹੜਾ ਕਿਤੇ ਬਾਹਰ ਰਹਿੰਦੇ ਆ, ਘਰ 'ਚ ਹੀ ਤਾਂ ਰਹਿੰਦੇ ਆ, ਲਿਖਤ ਲਿਖਾ ਵਾਲੀ ਕਿਹੜੀ ਗੱਲ ਆ? ਨਹੀਂ ਭਾਬੀ, ਬਾਅਦ ਸਾਨੂੰ ਕੋਈ ਦਿੱਕਤ ਨਾ ਆਵੇ, ਇਸ ਕਰਕੇ ਕਹਿਣਾ ਕਾਨੂੰਨੀ ਤੌਰ ਤੇ। ਚੱਲ ਐਵੇਂ ਕਰ ਚੰਨੀ, ਮੈਂ ਤੇਰੇ ਵੀਰੇ ਨਾਲ ਗੱਲ ਕਰਕੇ ਦੱਸੂਗੀ, ਕਿਉਂਕਿ ਲਿਖਤ ਲਿਖਾ ਵਾਲਾ ਤਾਂ ਫਿਰ ਮੈਂ ਇਕੱਲੀ ਵੀ ਨਹੀਂ ਨਾ ਕੁਛ ਕਰ ਸਕਦੀ। ਚੱਲ ਠੀਕ ਹੈ ਭਾਬੀ, ਕਰ ਲਈ ਰਹਿ, ਰਹਿ ਵੀ ਜ਼ਰੂਰੀ ਹੁੰਦੀ ਹੈ। ਠੀਕ ਹੈ ਜੀ। ਲੈ, ਜੇ ਮੈਂ ਇਹਨਾਂ ਨੂੰ ਕਾਨੂੰਨੀ ਤੌਰ 'ਤੇ ਬੱਚਾ ਦੇਤਾ, ਮੇਰੇ ਤਾਂ ਸਾਰਾ ਪਲੈਨ ਹੀ ਚੌਪਟ ਹੋ ਜੂਗਾ, ਨਾਲੇ ਬੱਚਾ ਇਹਨਾਂ ਕੋਲ ਚੱਲ ਜੂਗਾ, ਨਾਲੇ ਜ਼ਮੀਨ 2 ਹਿੱਸਿਆਂ 'ਚ ਵੰਡ ਜੂਗੀ। ਮੈਂ ਤਾਂ ਇਹ ਚਾਹੁੰਦੀ ਹਾਂ ਵੀ ਜ਼ਮੀਨ ਵੀ ਮੇਰੇ ਹੱਥ 'ਚ ਆਵੇ ਅਤੇ ਇਹਨਾਂ ਨੂੰ ਥੱਲੇ ਲਾ ਕੇ ਰੱਖਾਂ, ਸਾਰੀ ਉਮਰ ਮੇਰਾ ਕੰਮ ਕਰੀ ਜਾਣਗੇ। ਕੀ ਕਰਾਂ ਇਹਨਾਂ ਦਾ, ਚੱਲ ਕੁਝ ਸੋਚਦੀ ਹਾਂ। ਦਿਮਾਗ ਖਰਾਬ ਕਰਕੇ ਰੱਖਤਾ ਸਵੇਰੇ ਸਵੇਰੇ। ਮਾਲਾ ਕਿੱਥੇ ਮੰਮੀ? ਹਾਂ ਪੁੱਤ, ਉਹ ਤਾਂ ਗੇੜਾ ਲਾਉਣ ਗਿਆ ਗਾ, ਤੂੰ ਤਾਂ ਹਜੇ ਸੁੱਤੀ ਪਈ ਸੀਗੀ, ਉਹ ਫਿਰ ਮੈਨੂੰ ਦੱਸ ਕੇ ਵਾ ਗਿਆ। ਅੱਛਾ, ਲੈ ਮੈਨੂੰ ਫੜਾ ਜਾ ਘਰ। ਕੋਈ ਨਾ, ਫੜਾ ਲਾ 10 ਮਿੰਟਾਂ ਦੇ ਪੋਤੇ ਨੂੰ। ਕੀ ਕਰਾਂ ਮੰਮੀ, ਆਉਂਦਾ ਹੀ ਨਹੀਂ ਹੈਗਾ ਕਿਸੇ ਕੋਲ, ਪਤਾ ਕੋਈ ਨਹੀਂ, ਆਪਦੀ ਨਾ ਗੋਦੀ ਦਾ ਬਾਲਾ ਨਾ ਇਹਨੂੰ ਉਹ ਕਰ। ਚਲੋ ਜੇ ਰੋਣ ਲੱਗ ਗਏ ਮੈਨੂੰ ਬੁਲਾ ਲਿਓ। ਹਾਂ ਨਾਲੇ ਪੁੱਤ ਹੁਣ ਤੂੰ ਕੰਮ ਕਾਰ ਕਰ ਲਿਆ ਕਰ, ਉਹ ਵੀ ਇਕੱਲੀ ਨੂੰ, ਉਹਨੂੰ ਵੀ ਔਖਾ ਹੈਗਾ। ਕੋਈ ਨਾ ਮੰਮੀ, ਹਜੇ 3 ਮਹੀਨੇ ਦਾ ਤਾਂ ਹੋਇਆ ਬੱਚਾ, ਇਹ ਕਿੱਥੇ ਮੈਨੂੰ ਕੰਮ ਕਰਨ ਦਿੰਦਾ, ਹੌਲੀ ਹੌਲੀ ਕਰ ਲਿਆ ਕਰੂੰਗੀ। ਜੇ ਹੁਣ ਤੂੰ ਸਾਨੂੰ ਫੜਾਏਂਗੀ ਫੇਰ ਹੀ ਮਾੜਾ ਮੋਟਾ ਕੰਮ ਨੂੰ ਹੱਥ ਪਾਏਂਗੀ, ਨਹੀਂ ਤੇਰੀ ਗੋਦੀ ਦਾ ਇਹ ਜਿਹਾ ਸੁਭਾਅ ਪਊਗਾ, ਔਖਾ ਕਰੂਗਾ ਤੈਨੂੰ। ਕੋਈ ਗੱਲ ਨਹੀਂ। ਹਾਂ ਲੈ ਦੱਸ, ਮਸਾ ਤਾਂ ਮੇਰਾ ਪੁੱਤ ਮੇਰੀ ਗੋਦੀ ਆਇਆ ਹੈ ਨਾ ਪੁੱਤ। ਅੱਬੀ ਹਣੀ, ਉਹ ਪਾਪੂ ਕੋਲ ਸੁੱਤਾ ਪਿਆ ਤੇ ਵੀਰ ਨਾਲ ਕਰ ਲਈ ਗੱਲ? ਹਾਂ ਕੀਤੀ ਸੀ ਗੱਲ, ਤੇਰਾ ਵੀਰਾ ਨਾ ਮੰਨਦਾ ਨਹੀਂ। ਮੰਨਦਾ ਨਹੀਂ ਵੀ ਕਿ ਤੇਰਾ ਨਹੀਂ ਬੱਚਾ? ਲੈ ਕਹਿ ਤਾਂ ਰਹੀ ਆ ਵੀ ਤੇਰਾ ਵੀਰਾ ਮੰਨਦਾ ਨਹੀਂ, ਇਹਦਾ ਮਤਲਬ ਇਹੀ ਹੋਇਆ ਵੀ ਅਸੀਂ ਬੱਚਾ ਨਹੀਂ ਦੇ ਸਕਦੇ। ਭਾਬੀ ਉਦੋਂ ਸੋਚਣਾ ਸੀ ਨਾ, ਹੁਣ ਉਹਦੇ ਦਿਲ ਤੇ ਕੀ ਬੀਤੂਗੀ। ਚੰਨੀ ਮੈਂ ਕੀ ਕਰਾਂ, ਹੁਣ 3 ਮਹੀਨੇ ਦਾ ਹੋ ਗਿਆ, ਤੇਰੇ ਵੀਰੇ ਦਾ ਵੀ ਉਹਦੇ ਨਾਲ ਪਿਆਰ ਪੈ ਗਿਆ, ਹੁਣ ਨਹੀਂ ਅਸੀਂ ਬੱਚਾ ਦੇ ਸਕਦੇ। ਉਹਦੀਆਂ ਕਿੰਨੀਆਂ ਸਦਰਾਂ ਮੈਨੂੰ ਨਹੀਂ ਪਤਾ, ਬੁਲਬੁਲ ਤੇ ਕੀ ਬੀਤੂਗੀ।
ਉਹਦੇ ਮਸਾਂ ਸਦਰਾਂ ਚ ਅੱਗੇ ਸੀ। दीदी ने एक मिनट च मेरे सारे सपने चूरो चूर करते। बिलकुल सबर का फल मिठा होंगे, हौसला रख ते जिंदगी अपा हौसले नाल कढ़ांगे, किसे दे सहारे नहीं कढ़दे। एवें नहीं हुंदा जी, या तां पहले किसे नूं आसा ही ना लाओ, जे आसा लाईआं ने तो पूरियां भी करो। बुलबुल तां वी की जावे हुण, आपां रब दी रजा च रहिए, ठीक है आपां वास्ते। चल हौसला रख। सुन दिया चल पुत, तुम गाह ही बाग चलो, मैं आना गा, मैं इन समा मिले आना मन पाया होगा। रीत नी भाभी बच्चा पहला हां कर दी, बच्चा ले ली हूं जवाब देता करके रोई जाती भैने, क्यों दिल छोटा कर दी एडी कि गल आ गई। कोई नहीं सारा कुछ सैट हो जूगा। तू रब ते भरोसा रख, भैने मैं तेरे नाल आ। पर दीदी रीत ने तेरा चंगा नहीं देखा, उन्हें सोचना चाहिए तेरे बारे। कोई गल नहीं भाभी, उदी जिंदगी है, वो जो मर्जी करी आवे, अपना किसी दे की जोर चलदा। भैने तेरे घर दे अंदर साथ देना चाहिदा, भैने तेरा ओना साथ देणगे, होर कौन साथ देऊगा तेरा। की हो गया दीदी, जे रीत ने जवाब देता तां असीं तेरे नाल हैगे, तेरे बारे सोचांगे, फिकर ना कर। भाभी मेरे मैं थोड़े ते पूरा भरोसा है, मैं भी केड़ियां गल्लां लेके बह गई, तुसीं बैठो मैं थोड़े लई चाह बना के लियांदी आं। मेनू ना तेरे ते भाभी ते पूरा मान है कि ओ मेरे तो कदे भी मुंह नहीं मोड़नगे, मेनू तो बस इन्हां ते ही आसा ने। ਰੀਤਾ ਮੇਰੀ ਸਦਰਾਂ ਫਿਰ ਤੋਂ ਜਗਾ ਗਈ, ਮੈਂ ਵੀ ਕਿਹੜੀਆਂ ਗੱਲਾਂ ਲੈ ਕੇ ਬਹਿ ਗਈ ਦੇਖਾਂ। ਖੈਰੀ ਅੱਗੇ ਚੱਲ ਕੇ ਜੀ ਕਰੋ ਬਿਲਕੁਲ ਗੱਲਾਂ। ਠੀਕ ਹੈ ਜੀ। ਹੋਰ ਸੁਣਾ ਭਾਬੀ, ਠੀਕ ਰਹਿੰਦੇ ਹੋ ਤੁਸੀਂ? ਪੰਜ ਦਿਨ ਤਾਂ ਪਤਾ ਹੀ ਹੈ ਮੇਰਾ ਹਾਲ, ਇਹ ਤਾਂ ਜੋ ਪਰਮਾਤਮਾ ਨੇ ਮੇਰੇ ਲਿਖੇ ਰੰਗ ਲਿਖੇ ਸੀ ਉਹ ਤਾਂ ਦਿਖਾਈ ਦਿੱਤੇ, ਹੁਣ ਨਹੀਂ ਕੁਛ ਵੀ ਹੋ ਸਕਦਾ। ਕੋਈ ਨਹੀਂ ਟੈਨਸ਼ਨ ਨਾ ਲਓ, ਮੈਂ ਮੇਰੀ ਮਾਂ ਬਣਨ ਵਾਲੀ ਆ, ਮੈਨੂੰ ਬਹੁਤ ਫਿਕਰ ਆ। ਲੈ ਭਾਬੀ ਸੱਚੀ ਇਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੈ, ਚਲੋ ਸ਼ੁਕਰ ਹੈ ਰੱਬ ਨੇ ਤੁਹਾਡੀ ਸੁਣ ਲਈ, ਮੇਰੀ ਤਾਂ ਰੱਬ ਨੇ ਸੁਣੀ ਨਹੀਂ। ਚਲ ਕੋਈ ਨਹੀਂ ਦੀਦੀ, ਦਿਲ ਛੋਟਾ ਨਾ ਕਰ, ਰੱਬ ਤੇ ਭਰੋਸਾ ਬਣਾਈ ਰੱਖ। ਹਾਂਜੀ ਚਲ ਮੈਂ ਨਾ ਕੰਮ ਕਾਰ ਕਰ ਲਾਂ, ਇੰਨੇ ਤੂੰ ਆਰਾਮ ਕਰ ਲਾ, ਠੀਕ ਹੈ।
बापू जी मैं कहा पर इन्हां नूं भी काम हुंदे ने ना तां करके चलो ठीक है बोलो बोलो की गल होगी इन्ना कुछ हो बस जी मेरा तो खुशी का ठिकाना ही नहीं है गल ही कुछ यह जी हुई है मैनू दस मैनू ना भाभी दस के गए सी भी उन्होंने भी ना बच्चा होने वाला मां बनने वाले ने ते उन्होंने मैनू वादा करया कि जेड़ा बच्चा होगा वह मैनू दे देंगे वादा किता मैंने तो दस्या नहीं थोनू नहीं दस्या भाभी ने मेरे नाल गल करी है भाभी ने हाँ जी इसे सोचने वाली की गल है मेरे नाल गल करिए तो सच्ची हो करी होनी ऐ थोड़ी है भी वो दीदी वर्गी ने वो तो ठीक गल है चल परमात्मा जो ठीक ही करदा जिहड़ा करदा हाँ जी मैनू आना ते पूरा भरोसा है कि वो मेरे नाल एवें नहीं करनगे जिवें रीत दीदी ने करे चल वधिया गल है जे इदां नहीं करनगे हाँ जी पहला पुत्र तुम्हें दे देंगे सबर नहीं हुंदा मेरे तो ताई तैनूं मैं कहना सबर दा फल मिठा हुंदा हां जी चलो मैं काम कार कर ला मैं तो थोड़ा गल ही मारदी मारदी भुल भी गई चाह रखी सीगी मैं तू कहेंगे की कहना बापू मैं तेन ऐ कहना जाना तू पहला कह दी ना मैं जवाब दे दू फिर भी घरे इन्हें ना मान लग जूगा तेन पता कि संभाल की जवाब दें दिल से की बीतू परमात्मा पहली बार दुखी अगे पता तेरी मर्जी ਕੱਲ ਨੂੰ ਜਿਹੜੀ ਜ਼ਮੀਨ ਜਾਇਦਾਦ ਆ ਉਹ ਵੀ ਇਸੇ ਨੂੰ ਮਿਲੂਗੀ ਉਹ ਕਿਹੜਾ ਕਿਸੇ ਨੂੰ ਹੋਰ ਮਿਲੂਗੀ ਰਹੂ ਤਾਂ ਆਪਣਾ ਘਰ ਹੀ ਉਹ ਤਾਂ ਠੀਕ ਆ ਬਾਪੂ ਇਹੀ ਤਾਂ ਮੈਂ ਚਾਹੁੰਦੀ ਨਹੀਂ ਵੀ ਉਹ ਮੇਰੇ ਪੁੱਤ ਤੇ ਮੇਰ ਮਾਰੇ ਉਹ ਉਹਨੇ ਰੱਖਣਾ ਪਾਲਣਾ ਪਾਲ ਲੈ ਪਰ ਮੈਂ ਇਹਨੂੰ ਨਹੀਂ ਦੇ ਸਕਦੀ ਇਹਦੇ ਨਾਲ ਤਾਂ ਨਾ ਮੇਰਾ ਬਾਲਾ ਪਿਆਰ ਪੈ ਗਿਆ ਇਹਦੇ ਬਿਨਾਂ ਤਾਂ ਮੈਂ ਇੱਕ ਮਿੰਟ ਨਹੀਂ ਰਹਿ ਸਕਦੀ ਉਹਨੂੰ ਕਹਿ ਦੇ ਵੀ ਜੇ ਨਵੀਂ ਲੈਣਾ ਉਹ ਲੈ ਸਕਦਾ ਧੋਖਾ ਨੀ ਹੋ ਗਿਆ
ਉਹਦੇ ਮਨ ਟੁੱਟ ਗਿਆ ਤੇ ਉਹ ਕਿਵੇਂ ਉਹ ਕਿਸੇ ਤੇ ਭਰੋਸਾ ਕਰੂ ਜਦੋਂ ਘਰਦਿਆਂ ਨੀ ਐ ਕਰਦਾ ਹੋਣੇ ਪਰਮਾਤਮਾ ਵੀ ਸੁਣ ਲਓ ਜੇ ਕੱਲ ਨੂੰ ਇਹ ਉਹਨਾਂ ਦੇ ਰਿਸ਼ਤੇਦਾਰ ਨੇ ਇਹਨੂੰ ਜਵਾਬ ਦਿੱਤਾ ਅਗਲੇ ਨੂੰ ਉਹ ਬਰੋਬਰ ਦਾ ਹਿੱਸੇਦਾਰ ਬਣ ਜੂ ਇਹਨਾਂ ਦੀ ਮਰਜ਼ੀ ਇਹ ਜਿਹੜੀ ਗੱਲ ਸੋਚਣੀ ਉਹ ਤਾਂ ਸੋਚਦੇ ਨੇ ਇਹ ਤਾਂ ਇਹ ਸੋਚੀ ਜਾਂਦੇ ਵੀ ਸਾਡਾ ਜਵਾਕ ਆ ਇਹ ਗੱਲ ਹੋਰ ਸੋਚੀ ਜਾਂਦੇ ਨਾਲੇ ਜੇ ਕਿਤੇ ਬਾਹਰਲਾ ਗੋਦ ਪਾਊ ਉਹ ਕਿੱਥੇ ਮੋਹ ਲੈਂਦਾ ਇਹਨਾਂ ਨਾ ਮੋਹ ਆਵੇ ਅੱਲਾ ਫਿਰ ਉਹ ਕੀ ਕਹਿਣਾ ਉਹ ਕੀ ਮੈਂ ਕਹਿਣਾ ਚਲੋ ਭਈ ਇਹਨਾਂ ਦੀ ਮਰਜ਼ੀ ਹੈ ਜੇ ਆਪਾਂ ਬਾਹਲਾ ਕਹਾਂਗੇ ਤੇ ਆਖਣਗੇ ਖਣੀ ਸਾਨੂੰ ਦਵਾ ਗਿਆ ਆਪਾਂ ਤਾਂ ਦੋਨੇ ਇੱਕੋ ਜੇ ਆਪਾਂ ਚਲ ਆਪਣਾ ਆਪੇ ਦਾ ਉੱਤ ਕਹਿਤਾ ਵੀ ਚੱਲ ਉਹਨੂੰ ਹੋਣ ਲੱਗੇ ਜੇ ਆਪਾਂ ਬਾਹਲੀ ਗੱਲ ਕਹਾਂਗੇ ਫਿਰ ਉਹਨੂੰ ਐਂ ਹੋ ਜੂਗਾ ਬਾਹਲਾ ਤੂੰ ਵੀ ਨਾ ਕਹੀਂ ਕਿਤੇ ਦੁਬਾਰੇ ਫਿਰ ਲੱਗ ਕੇ ਜਾ ਕੇ ਕੁਛ ਨਹੀਂ ਕਹਿੰਦੀ ਮੇਰਾ ਤਾਂ ਆਪ ਮਨ ਦੁਖੀ ਹੋਇਆ ਪਿਆਗਾ ਨਾਲੇ ਤਾਂ ਕਦੇ ਉਹਦੇ ਮੂੰਹ ਵੱਲ ਹੀ ਦੇਖਦੀ ਆ ਚੱਲ ਆਇਆ ਕਰ ਰੋਟੀ ਖਾ ਲਾ ਆ ਜਾ ਯਾਰ ਰੋਟੀ ਖਾ ਲੈਣਾ ਕੋਈ ਗੱਲ ਨਹੀਂ ਤੁਸੀਂ ਦੀਦੀ ਨੂੰ ਫੋਨ ਲਾ ਕੇ ਪੁੱਛ ਲਓ ਕਿਵੇਂ ਆ ਲਾ ਵੀਰੇ ਦਾ ਫੋਨ ਹੈਲੋ ਹੈਲੋ ਕਿਵੇਂ ਆ ਬੜਬੜ ਮੈਂ ਤਾਂ ਠੀਕ ਆ ਵੀਰੇ ਭਾਬੀ ਕਿਵੇਂ ਆ ਹਾਂ ਭਾਬੀ ਤੇਰੀ ਠੀਕ ਆ ਤੇ ਤੇਰੀ ਫਿਕਰ ਵੱਧ ਕਰਦੀ ਥੋੜੀ ਤਾਂ ਮੈਨੂੰ ਪਤਾ ਭਾਬੀ ਮੇਰੀ ਬਾਲੀ ਫਿਕਰ ਕਰਦੀ ਆ ਕੋਈ ਨਾ ਤੂੰ ਟੈਨਸ਼ਨ ਨਾ ਲੈ ਤੇਰੀ ਭਾਬੀ ਨੇ ਸਾਰੇ ਕਿਤੇ ਕਹਿ ਰੱਖਿਆ ਆਂਢ ਗਵਾਂਢ ਚ ਰਿਸ਼ਤੇਦਾਰੀ ਚ ਲੈ ਵੀ ਬੱਚਾ ਤੈਨੂੰ ਮਿਲ ਜੂਗਾ ਹੈ ਕਿਤੋਂ ਨਾ ਕਿਤੋਂ ਬੱਚਾ ਮਿਲ ਜੂ ਸਾਡੀ ਪੂਰੀ ਕੋਸ਼ਿਸ਼ ਆ ਭੈਣੇ ਸਾਡੇ ਤੋਂ ਪਹਿਲਾਂ ਸਾਡੇ ਜਵਾਕਾਂ ਤੋਂ ਪਹਿਲਾਂ ਤੇਰੀ ਗੋਦ ਭਰ ਜੇ ਹੈਲੋ 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 ਹਾਂ ਭੈਣੇ ਤੂੰ ਫਿਕਰ ਨਾ ਕਰ ਹੈਗਾ ਤੇਰਾ ਭਰਾ ਟੈਨਸ਼ਨ ਨਾ ਲੈ ਤੂੰ ਠੀਕ ਹੈ ਮੇਰੀ ਠੀਕ ਠੀਕ ਹੈ ਭੈਣੇ ਫਿਕਰ ਨਾ ਕਰੀ ਚੱਲ ਮੈਂ ਫੋਨ ਰੱਖਦਾ ਚੱਲ ਕੋਈ ਨੀ ਟੈਨਸ਼ਨ ਤਾਂ ਹੋ ਹੀ ਜਾਂਦੀ ਆ ਆਪਣੀ ਕੀ ਸਾਰੇ ਆ ਆਪਾਂ ਤਾਂ ਕੁਛ ਕਰੀ ਜਾਂਦੇ ਹੁਣ ਉਹੀ ਤਾਂ ਮੈਂ ਸਮਝਾਇਆ ਟੈਨਸ਼ਨ ਲੈ ਕੇ ਕੀ ਬੰਦਾ ਮੈਂ ਤਾਂ ਵੀਰੇ ਤੇ ਭਾਬੀ ਤੇ ਹੀ ਛੱਡਿਆ ਹੋਇਆ ਸੀ ਸਾਰਾ ਕੁਛ ਪਰ ਇਹਨਾਂ ਨੇ ਤਾਂ ਮੇਰੀ ਸਾਰੀ ਆਸਾ ਤੋੜਤੀਆਂ ਮੈਂ ਤਾਂ ਸੋਚਿਆ ਸੀ ਭਾਬੀ ਮੇਰੀ ਪੈਣਾ ਵਰਗੀ ਆ ਪਰ ਮੈਨੂੰ ਕੀ ਪਤਾ ਸੀ ਇਹ ਵੀ ਮੇਰੇ ਨਾਲ ਐਵੇਂ ਕਰ ਜਾਣਗੇ ਮੈਨੂੰ ਤਾਂ ਝੂਠ ਹੀ ਕਹਿਤਾ ਵੀ ਅਸੀਂ ਆਪਣਾ ਬੱਚਾ ਦੇ ਦਾਂਗੇ ਵੀਰੇ ਤੂੰ ਤਾਂ ਆਪਣੀ ਭੈਣ ਦੀ ਤਕਲੀਫ ਨੂੰ ਸਮਝ ਕੇ ਆਪਦਾ ਬੱਚਾ ਦੇਣ ਦਾ ਵਾਅਦਾ ਕੀਤਾ ਸੀ ਹੁਣ ਕੀ ਹੋ ਗਿਆ ਉਹ ਵਾਅਦੇ ਖੋਖਲੇ ਕਿਉਂ ਨਿਕਲ ਗਏ ਬਸ ਇੰਨਾ ਕੀ ਪਿਆਰ ਸੀ ਆਪਣੀ ਭੈਣ ਨਾਲ ਮੈਨੂੰ ਤਾਂ ਸਿਰਫ ਹੌਸਲਾ ਹੀ ਦੇਣ ਆਏ ਸੀ ਸਾਰੀ ਉਮੀਦਾਂ ਤੇ ਪਾਣੀ ਫੇਰਤਾ ਮੇਰੀ ਤੂੰ ਤਾਂ ਵੀਰੇ ਹੁਣ ਪੈਰ ਹੀ ਪਿੱਛੇ ਪੱਟ ਲੈ ਸਾਰੀ ਜ਼ਿੰਦਗੀ ਤੂੰ ਮੈਨੂੰ ਆਈ ਕਹਿੰਦਾ ਸੀ ਹਰ ਸੁੱਖ 'ਚ ਹਰ ਦੁੱਖ 'ਚ ਮੈਂ ਥੰਮ ਬਣ ਕੇ ਤੇਰੇ ਨਾਲ ਖੜਿਆ ਤੇ ਹੁਣ ਹੁਣ ਕੀ ਹੋ ਗਿਆ ਬੋਲੋ ਨਾ ਕੀ ਗੱਲ ਹੋਈ ਭਾਬੀ ਨੇ ਕੁਛ ਕਿਹਾ ਮਾਂ ਨੇ ਕਿਸੇ ਨੇ ਕੁਛ ਨਹੀਂ ਕਿਹਾ ਮੈਨੂੰ ਰੋਈ ਕਿਉਂ ਜਾਨੀ ਆ ਮੈਨੂੰ ਨਾ ਭਰਾ ਤੇ ਭਾਬੀ ਨੇ ਮਨਾ ਕਰਤਾ ਵੀ ਅਸੀਂ ਬੱਚਾ ਨਹੀਂ ਦੇ ਸਕਦੇ ਇੰਨੀਆਂ ਆਸਾ ਉਮੀਦਾਂ ਲਾ ਕੇ ਮੇਰੇ ਨਾਲ ਐਵੇਂ ਕਰ ਗਏ ਪਹਿਲੇ ਦੀਦੀ ਨੇ ਮੈਨੂੰ ਮਨਾ ਕਰਤਾ ਸੀ ਤੇ ਹੁਣ ਭਰਾ ਤੇ ਭਾਬੀ ਨੇ ਮੇਰੀ ਤਾਂ ਕਿਸਮਤ ਹੀ ਮਾੜੀ ਲਿਖੀ ਹੈ ਰੱਬ ਨੇ ਕਮਣੀ ਹੋਈ ਹੈ ਤੇਰੀ ਕਿਸਮਤ ਕਿਹਨੇ ਕਹਤਾ ਮਾੜੀ ਲਿਖੀ ਹੈ ਤੇਰੀ ਕਿਸਮਤ ਬਹੁਤ ਚੰਗੀ ਹੈ ਰੱਬ ਦੀ ਨਜ਼ਰ 'ਚ ਰਹਿਣਾ ਚਾਹੀਦਾ ਸਬਰ ਰੱਖ ਟਾਈਮ ਹੁੰਦਾ ਟਾਈਮ ਅਜੇ ਆਇਆ ਨਹੀਂ ਆਪਾਂ ਦਾ ਆਜੂਗਾ ਟਾਈਮ ਜੀ ਮੈਂ ਕਿੰਨਾ ਕੁ ਸਬਰ ਰੱਖਾਂ ਇੰਨੇ ਨੂੰ ਤਾਂ ਮੈਂ ਮਰ ਮੁੱਕ ਜਾਣਾ ਜਿੰਨੇ ਨੂੰ ਮੇਰੀ ਆਸ ਸਰ ਲੈ ਕਦੇ ਵੀ ਆਸ ਕਮਾਈ ਦੀ ਨਹੀਂ ਹੁੰਦੀ ਤੂੰ ਨਾ ਟੈਨਸ਼ਨ ਲੈ ਨਾਲੇ ਉਹਨਾਂ ਦਾ ਫੋਨ ਆਇਆ ਸੀ ਦਫ਼ਤਰੋਂ ਜੇ ਆਪਾਂ ਬੱਚਾ ਗੋਦ ਲੈਣਾ ਸੀ ਨਾ ਉਹ ਕਹਿੰਦੇ ਤੁਹਾਡੇ ਕਾਗਜ਼ ਪੱਤਰ ਤੇ ਠੀਕ ਨਹੀਂ ਆ ਕੀ ਗੱਲ ਹੋ ਗਈ ਪੁੱਤ ਬਾਪੂ ਗਏ ਆਇਆ ਦੱਸ ਦੇ ਗੱਲ ਕੀ ਗੱਲ ਹੋ ਗਈ ਦੱਸ ਮੈਨੂੰ ਖੁੱਲ੍ਹ ਕੇ ਬਾਪੂ ਗੱਲ ਆਏ ਆ ਪਹਿਲਾਂ ਭਾਬੀ ਨੇ ਜਵਾਬ ਦਿੱਤਾ ਬੱਚੇ ਤੋਂ ਤੇ ਹੁਣ ਮੇਰੇ ਸਾਲੇ ਨੇ ਜਵਾਬ ਦਿੱਤਾ ਵੀ ਅਸੀਂ ਬੱਚਾ ਦੇ ਨਹੀਂ ਸਕਦੇ ਸਾਲੇ ਨੇ ਪੁੱਤ ਕਿਹਾ ਸੀ ਸਾਨੂੰ ਬਾਪੂ ਉਹਨਾਂ ਨੇ ਕਿਹਾ ਤੇ ਹੈ ਨਹੀਂ ਸੀ ਇਹਨੂੰ ਐਂ ਲੱਗਿਆ ਮੈਨੂੰ ਬੱਚਾ ਦੇ ਦੇਣਗੇ ਓਹੋ ਇਹ ਕਿੱਡੀ ਗੱਲ ਆ ਗਈ ਕੋਈ ਗੱਲ ਨਹੀਂ
परमात्मा से भरोसा रख पुत, परमात्मा तेरी आप भी सुन लो एक दिन। तू दस तू कि रब के मां बारे भी तेरी ना सुनूगा बथेरा सुन लूगा। अवी तू बिना गलबात तो चिंता ना करे कर, जिनी चिंता करेगी उन्नी चिंता वध जाओ, चिंता करने च कोई फायदा नहीं होंदा पुत। बापू चार पांच साल हो गए परमात्मा ने भरोसा रख, फिर भी परमात्मा ने आपे देता सी चार दिन चार साल ही हो गया। फिर बापू ओ मैंने समझाना पे मैं सवा रख, रब की रजा च रहना चाहिए। कोई गल नहीं पुत, परमात्मा तेरे नहीं देखी जाता भी किड्डा का सबर आ, परमात्मा तेरी जरूर सुनूगा एक दिन। किमें ना किमें करके टेढ़ कहते होंगे परमात्मा जी दिंदा ना टेढ़ वेढ़ करके दिंदा होंदा। कोई नहीं परमात्मा ने तो विश्वास बना ही रख, तेरा विश्वास परमात्मा टुट नहीं दिंदा। पर बापू जी चल मैं मान गया, मैं तो भुलेखा लग्या कि उन्होंने बच्चे देने की गल करी है, पर दीदी ने एवं क्यों कर, मैं तो उन्होंने इन्ना कुछ कर विश्वास यकीन पूरा बनाई रख, तेरी जरूर सुनूंगा। जेडे बंदे रब दे यकीन है ना बस समझ ला भी परमात्मा दे कोल ही है, कोई नहीं सुनूंगा विश्वास रख, कोई गल नहीं माड़ी माड़ी गल ते करे कर। ਆਪਾਂ ਕਿਸੇ ਦੇ ਨਹੀਂ ਆ ਕਿਸੇ ਦੇ ਹੱਥਾਂ ਦੇ ਨਹੀਂ ਝਾਕੀ ਨਾ, ਤੂੰ ਰੱਬ ਦੇ ਜਦੋਂ ਵਿਸ਼ਵਾਸ ਰੱਖੇ ਨਾ ਰੱਬ ਤੇਰੀ ਆਪੇ ਸੁਣੂਗਾ। ਚੰਨੀ ਆਪਾਂ ਬੱਚਾ ਗੋਦ ਨਹੀਂ ਲੈਣਾ, ਠੀਕ ਹੈ ਨਾ, ਜੋ ਹੋਏਗਾ ਉਹ ਤਾਂ ਪਰਮਾਤਮਾ ਹੀ ਕਰੂਗਾ। ਬਸ ਆ ਦੇਖ ਐ ਸਿਆਣਾ ਬਣ ਕੇ ਨਾ ਮੇਰਾ ਸ਼ੇਰ ਆ, ਆਹ ਤੈਨੂੰ ਆਪ ਕਹੀ ਨਾ ਜੇ ਆਪਾਂ ਦੀ ਕਿਸਮਤ ਚ ਹੋਊ ਨਾ ਬੱਚਾ ਤੇ ਰੱਬ ਆਪ ਹੀ ਦੇ ਦੂਗਾ, ਆਪ ਹੀ ਦੇ ਬਥੇਰਾ ਦੇਊਗਾ, ਤੂੰ ਵਿਸ਼ਵਾਸ ਬਣਾ ਕੇ ਰੱਖ ਬਸ। ਆਹੋ ਇਹ ਚਾਹ ਪਾਣੀ ਪਿਆ ਕੁੜੀ ਨਾਲ, ਆਪਾਂ ਸਵੇਰ ਤੋਂ ਨਾ गुरुद्वारे चलिया करांगे, हां बस सेवा करया करांगे, बड़ी गल तो आ गई बस, ठीक है हां बस। पर विश्वास ना तो छड्डी आगा, जिन्ना तू विश्वास बना के रखेगी जिन्ना परमात्मा दे नेड़े जाएगी उन्ना ही परमात्मा तेरे नेड़े आऊगा। बस ठीक है बापू जी, क्यों मैनू पता मेरे नाल होई है खुद नाल, मैं परमात्मा दे लड़ लग गया सी, मैं तेरे बाबे कोल गया सी, बथेरा कह देंदे सी कि बाबे कोल चल गए फलाने कोल चल गए, मैं तां एक गल कहती सी किसी को नहीं जाना, जे मेरा परमात्मा रब सुनूगा तो आप ही सुनूगा, तो सुनी भी बथेरे से अही। मैं तेनों कहना मैनू रब से बहुत बड़ा यकीन आ, यकीन नहीं पूरा विश्वास आ, तो विश्वास मेरा अज तक टुटिया नहीं, ना ही परमात्मा ने तोड़ेगा। उही गल मैं तेनों कहना गा अपना विश्वास तोड़ता नहीं, मैं भी परमात्मा को रोज अरदास करके आना, मैनू यकीन आ परमात्मा से अपनी सुनूगा। कोई ना बापू जी हम तो सब कुछ रब से छड़ता, तुम बैठो चंगी गल, जे तू रब से छड़ता ना रब भी तेरी जरूर बांह फड़ूगा, मैनू पूरा यकीन आ परमात्मा से। बापू को ही समझाया जो परमात्मा करदा ना चंगेरे ही करदा, सुनूगा कोई नहीं समझा के रखे कर, चल फिर भी हो जाता गा मन केड़ा गेड़ा खा जाता गा, कोई गल नहीं जिन्ना तू इन हौसला देगा ना उन्ना यदा मन खड़ूगा, हौसला देना बहुत फर्क पै जाता। आ देख ला इन मैं पांच चार गल कह पांच चार गल मन बदल गया, विश्वास बनाना आपके सारे होंगे बंदे से, बाकी जी गल रही परमात्मा से, परमात्मा से मैंने पूरा विश्वास नहीं पूरा यकीन है, जरूर अपनी सुनूंगा एक ना एक दिन, मैं भी अरदास करके आना तू भी तड़के लैके गुरुद्वारे जाया कर। ठीक है बापू, आहो मैं जाया करूंगा लाजमी। चल कोई गल नहीं मैं उत्थे बाहर बहना, जो चाह बन के मैं बाहर ही फड़ा दियो, ठीक है, आहो तू भी नहीं बिना गल पर टेंशन लिया कर। ना ना बापू, आहो खुशियां च बदल दू साडियां गल्लां जे मन ले तू सही गल आ, तेरा भला चाहुंदे आ। मैं तां ना तैनूं अपना छोटा भरा मनदी आ, कदे वी तेरे वास्ते अज तक बुरा नहीं सोचिया, तूं ऐ कर तू मेरी ते मां दी गल मन ते दूजा व्याह करवा ला। बस दूजा व्याह, हां दूजा व्याह करा। मां ए मैं कदे सोच नहीं सकदा दूजा व्याह, ए बुलबुल नूं मैं छड्डदा ते सारी उम्र तेरी ऐ कि मैं नंगूगी, बच्चे बिना कोई कदर नहीं हैगी घर च, सुनगी मेरी गल, बच्चे नाल ही सारा कुछ आ, क
कल नू अगली सारी जमीन जायदाद अपने भतीजे ने ना करा दू पर देखी जाई ठुठा फड़ के मंगण जोगा रह जाएगा बे सारिया खुशियां आ जाणगियां जिहड़ियां अज तक उहने कोई खुशी नहीं दित्ती आपां नू तू एक बारी हां कर मेरी छोटी भैण हैगी आ उह हैगी ते छड्डी होई आ उहदा घर वाला नशे करदा सी तलाक हो गया तैनू उहदा रिश्ता लिया दू बस गल सुन लो मां गल सुन लो भाभी मैं गया अज करावा ना करावा कल नू मेरे ते कोरी जवाब आ जो मेरी किस्मत होया ना तो ही मिल जूगा ते मारा मैं अपना अकल नू हत्थ मार ला रोड़दा फिरेगा किसी ने नहीं रोटी देनी हैगी कल नू हुण मेरे जवाब की तक कहे निकल जाण तैनू पुछण के ना पुछण कौन दो थानू रोटी ता कहनी है पुत एक गल नहीं सुनदा किसी दी गल सुन ला मां बच्चे ते उम्मीद हुंदी है वी साडा वारस है ओह उम्मीद ना लावे वी साडी सेवा करू ਇਹ ਤਾਂ ਬੰਦੇ ਦੀ ਗਲਤ ਫਹਿਮੀ ਹੁੰਦੀ ਹੈ ਜਿਹੜਾ ਘਰ ਦਾ ਜੀ ਹੁੰਦਾ ਨਾ ਸੇਵਾ ਤਾਂ ਉਹਨੇ ਹੀ ਕਰਨੀ ਹੁੰਦੀ ਹੈ ਇਹ ਵਾਰਸ ਤਾਂ ਆਜੂ ਆ ਤੇਰਾ ਘਰ ਤਾਂ ਸਾਹਮਣੇ ਜਿਹੜਾ ਐਡਾ ਘਰ ਆ 20 ਲੱਖ ਲਾਇਆ ਹੋਇਆ ਲੋਕਾਂ ਨੂੰ ਤਾਂ ਨਹੀਂ ਸਮਾਵੇਂਗਾ ਸ਼ਰੀਕਾਂ ਨੂੰ ਗੱਲ ਸੁਣ ਭਾਬੀ ਵਾਰਸ ਦੀ ਜੋ ਪਰਮਾਤਮਾ ਨਾ ਸਾਰਿਆਂ ਲਈ ਲਿਖਿਆ ਹੁੰਦਾ ਹੈ ਦਾਣੇ ਦਾਣੇ ਤੇ ਲਿਖਿਆ ਹੁੰਦਾ ਖਾਣੇ ਵਾਲੇ ਕਨਾ ਇਹ ਰੱਬ ਨੇ ਲਿਖਿਆ ਪਤਾ ਨਹੀਂ ਕਿਹਦੇ ਕਰਮਾਂ 'ਚ ਵੇ ਰੱਬ ਨੇ ਵੀ ਫੇਰ ਹੀ ਸਾਥ ਦੇਣਾ ਜੇ ਤੂੰ ਆਪਦਾ ਰਸਤਾ ਆਪ ਖੋਲੇਂਗਾ ਦੂਜਾ ਵਿਆਹ ਕਰਾ ਲਾ ਨਾਲ ਹੀ ਇਹ ਰਹੀ ਜਾਓ ਇਹਨੂੰ ਕਿਹੜਾ ਆਪਾਂ ਘਰੋਂ ਕੱਢਦੇ ਆ ਕੰਮ ਕੁੰਮ ਕਰੀ ਜਾਊਗੀ ਇੱਥੇ ਭਾਬੀ ਤੇਰੀ ਮੰਨ ਲੈਣਾ ਮੈਂ ਇਹ ਦੂਜਾ ਵਿਆਹ ਕਰਾਣਾ ਕੀ ਗਰੰਟੀ ਹੈ ਵੀ ਉਹਦੇ ਬੱਚਾ ਹੋਊਗਾ ਕਿ ਨਹੀਂ ਗਰੰਟੀ ਹੈ ਇਹਦਾ ਇਹ ਇੱਕ ਤਾਂ ਨਾ ਇਹ ਗੱਲ ਥੱਲੇ ਨਹੀਂ ਡਿੱਗਣ ਦਿੰਦਾ ਹੈਗਾ ਐਡਾ ਆਪਦੀ ਜਿੱਦ ਨਹੀਂ ਛੱਡਦਾ ਹੈਗਾ ਕਿਸੇ ਦੀ ਮੰਨ ਲੈ ਸਿਆਣੇ ਬੰਦੇ ਦੀ ਮੰਨ ਲੈ ਕੱਲ ਨੂੰ ਕੰਧਾ ਨਾ ਟੱਕਰਾਂ ਮਾਰਦਾ ਫਿਰੇਗਾ चंगी नू की चार पाके खावेगा अच्छा जद गुण ही नहीं कोई हैगा जो डॉक्टर ने कहता बच्चे नहीं हुंदे फिर की करना जवाब देता हानी सर पर ये मेरे मन दा नहीं हैगा एडा जिद दा पक्का हैगा ना होवे चल हां नहीं तां ना सही फिर ਮਾੜਾ ਮੋਟਾ ਸਮਝ ਜਾ ਹਜੇ ਤਾਂ ਕੋਈ ਹੱਲ ਹੋ ਜੂਗਾ ਕੱਲ ਨੂੰ ਬੁੜਾ ਹੋ ਗਿਆ ਨਾ ਕਿਸੇ ਨੇ ਨਹੀਂ ਪੁੱਛਣਾ ਇੱਥੇ ਪਾਣੀ ਦਾ ਗਲਾਸ ਨਹੀਂ ਦੇਣਾ ਕਿਸੇ ਪੁੱਤ ਅੱਜ ਦੀ ਘੜੀ ਹੱਲ ਸਾਹ ਹੈ ਇਹ ਮੰਨੇ ਤਾਂ ਸਹੀ ਹਾਂ ਕਰੇ ਤਾਂ ਸਹੀ ਜਿਹੜੀ ਕੁੜੀ ਦੇ ਹੱਥ ਰੱਖੇਗਾ ਉਹੀ ਕੁੜੀ ਲਿਆ ਦਾਂਗੇ ਦੇ ਭਾਪੀ ਬਹੁਤ ਘਰ ਦੇਖੇ ਆ ਵੀ ਅਫਸਰ ਲਾ ਆਂਦੇ ਆ ਮੁੰਡਿਆਂ ਨੂੰ ਬਾਅਦ ਚ ਬੁੱਢਿਆਂ ਨੂੰ ਰੋਟੀ ਵੀ ਨਹੀਂ ਦਿੰਦੇ ਤਰਸਦੇ ਰਹਿੰਦੇ ਆ ਬੇ ਮੇਰੀ ਗੱਲ ਹੋ ਗਿਆ ਨਿਕਲ ਇੰਦੋਂ ਚੰਗੇ ਆ ਆਪਦਾ ਜੰਮਿਆ ਹੋਊਗਾ ਨਾ ਮਾਰ ਕੇ ਵੀ ਸਾਵੇਂ ਦਾ ਚਿੱਟੂਗਾ ਦੂਜੇ ਨੇ ਨਹੀਂ ਕਿਸੇ ਨੇ ਪੁੱਛਣਾ ਹੈਗਾ ਪੁੱਤਰ ਇਹ ਲੁੱਚਪਣੇ ਹੈ ਤੇਰੇ ਇਹ ਤਾਂ ਪੱਥਰ ਹੈਗਾ ਬਲਬਲ ਬਲਬਲ ਲਾਈ ਹੋਈ ਆ ਕੱਲ ਉਹਦੇ ਭਰਾ ਪੁੱਛ ਲੈਣਗੇ ਤੈਨੂੰ ਭਤੀਜੇ ਪੁੱਛ ਲੈਣਗੇ ਆ ਮੇਰੇ ਵਾਲੇ ਤਾਂ ਹੁਣ ਹੀ ਇੰਨੇ ਗੰਦੇ ਨੇ ਇਹਨਾਂ ਦੇ ਤਾਂ ਮੈਨੂੰ ਪਤਾ ਹੀ ਪੁੱਛਣ ਵਾਲੇ ਹੈ ਨਹੀਂ ਇਹ ਤਾਂ ਮੈਨੂੰ ਕੁੱਟ ਦਿੰਦੇ ਆ ਫੜ ਕੇ ਨਿਕਲ ਜਾਏ ਨਾਲੇ ਦੇਖ ਲੈ ਸੁਣ ਲੈ ਇਹਦੀਆਂ ਗੱਲਾਂ ਉਹੀ ਤਾਂ ਮੈਂ ਕਹਿਣਾ ਕੀ ਲੈਣਾ ਸੀ ਬੱਚੇ ਤੋਂ ਅਸੀਂ ਦੋਨੇ ਰੱਬ ਦੀ ਰਜ਼ਾ ਤੇ ਰਵਾਂਗੇ ਖਾਵਾਂਗੇ ਤੇਰੇ ਵਾਲੇ ਨੇ ਚੰਗੀ ਸਿੱਖਿਆ ਦਵਾਂਗੇ ਇਹ ਤਾਂ ਆਪਾਂ ਲਾੜ ਲਾੜ ਚ ਜਮਲਾ ਲਿਆ ਚੱਲ ਪੁੱਤ ਇਹਦੇ ਪੱਥਰ ਹੋਇਆ ਪਿਆਗਾ ਇਹਦੇ ਬੂਦ ਪਈ ਕੇ ਨਾ ਪਈ ਇਹਨੇ ਗੱਲ ਸੁਣਨੀ ਨਹੀਂ ਆਪਣੀ ਖੜੀ ਹੋ ਜਾ ਆਪਾਂ ਤਾਂ ਆਪਦੇ ਕੰਮ ਕਰੀਏ ਕੱਲ ਨੂੰ ਅਗਲੀ ਜਦੋਂ ਲੱਤ ਮਾਰਗੀ ਨਾ ਉਦੋਂ ਪਤਾ ਲੱਗੂਗਾ ਕੋਈ ਚੰਗੇ ਨੂੰ ਕਹਿੰਦੇ ਆਗੇ ਕੋਈ ਗੱਲ ਨੀ ਭਾਬੀ ਦੇਖੇ ਜੋ ਕਿਸਮਤ ਚ ਲਿਖਿਆ ਨਾ ਮੰਗਤੇ ਮੰਗੋ ਸੋਨਾ ਲੱਗਦਾ ਨਾ ਇਹ ਬਹਿ ਜਾ ਨਾ ਇਕੱਠਾ ਹੋ ਕੇ ਨੂੰ ਆ ਜਾ ਇਹਨਾਂ ਨੂੰ ਕੀ ਸਮਝਾਵਾਂ ਵੀ ਮੇਰੇ ਕਰਕੇ ਉਹ ਆਪਦਾ ਪਰਿਵਾਰ ਛੱਡ ਕੇ ਆਈ ਹੈ ਹੁਣ ਉਹਨੂੰ ਦੁੱਖ ਹੈ ਤੇ ਉਹਨੂੰ ਦੁੱਖ ਚ ਕੱਢਦਾ ਵਾ ਇਹ ਮੈਂ ਕਦੇ ਸੋਚ ਨਹੀਂ ਸਕਦਾ ਚੱਲ ਅੱਜ ਕਿਵੇਂ ਨੂੰ ਸਭ ਇਕੱਠੇ ਹੋਏ ਫਿਰਦੀਆਂ ਮੱਥਾ ਮਾਰ ਕੇ ਆ ਚੰਨੀ ਨਾਲ ਜੇ ਸਮਝੇ ਤਾਂ ਉਹ ਕੋਈ ਨਹੀਂ ਸਮਝ ਜਾਊਗਾ ਕਿੱਡੇ ਕੀ ਗੱਲ ਆ ਕੰਮ ਇਹ ਆ ਕੰਮ ਹੋਈ ਹੋਈ ਬੰਦਾ ਕਰਨ ਲੱਗ ਜਾਂਦਾ ਉਹ ਬੰਦੇ ਨੂੰ ਪਿੱਛੇ ਲੈ ਦੱਸ ਇਹਨੂੰ ਵੀ ਨਹੀਂ ਪਤਾ ਲੱਗਦਾ ਹੈਗਾ ਅਸੀਂ ਤਾਂ ਇਹ ਕਹਿ ਕੇ ਆਏ ਆ ਗੱਲ ਸੁਣ ਲਾ ਵੀ ਇਹ ਰਿਸ਼ਤਾ ਕਰਾਉਂਦੀ ਹੈਗੀ ਵੀ ਚੱਲ ਉਹਦਾ ਰਿਸ਼ਤਾ ਹੋ ਜੇ ਹੋਰ ਥਾਂ ਉਹਦੇ ਤਾਂ ਨਹੀਂ ਆਪਾਂ ਨੂੰ ਕੋਈ ਉਮੀਦ ਰਹੀ ਹੈਗੀ ਡਾਕਟਰਾਂ ਨੇ ਵੀ ਜਵਾਬ ਦੇਤਾ ਤੈਨੂੰ ਵੀ ਪਤਾ ਹੈਗਾ ਕੀ ਗੱਲ ਆ ਭਾਈ ਗਵਾਨ ਮੱਥੇ ਆ ਜੇ ਕੋਈ ਰਿਸ਼ਤਾ ਹੋ ਜੇ ਬੜੀ ਬੜੀ ਗੱਲ ਆ ਮੈਂ ਵੀ ਕੱਲ ਕਿਹਾ ਸੀ ਗੋਏ ਨੂੰ ਮੈਂ ਕਿਹਾ ਭਾਈ ਮੈਂ ਸਾਡੇ ਆ ਨੂੰ ਕਹਿਣਾ ਤੈਨੂੰ ਰਿਸ਼ਤਾ ਕਰਾ ਦੋ ਭਾਈ ਚੰਗੀ ਗੱਲ ਆ ਜੇ ਹੁਣ ਤੱਕ ਕਰਾ ਦਿਓ ਮੁੰਡੇ ਨੂੰ ਕਿਹੜੇ ਮੁੰਡੇ ਦੀ ਬਾਪੂ ਜੀ ਗੱਲਾਂ ਕਰੀ ਜਾਂਦੇ ਹੋ ਪਤਾ ਨਹੀਂ ਗਵਾਂਟੀ ਦੇ ਮੁੰਡੇ ਦੀ ਗੱਲ ਕਰਦਾ ਗੋਰੇ ਦੀ ਗਵਾਂਟੀ ਦਾ ਆਪਾਂ ਕੀ ਲੈਣਾ ਉਹਨਾਂ ਨਾਲ ਆਪਣਾ ਦੱਸ ਕੀ ਬਾ ਵਾਸਤੇ ਆਪਾਂ ਤਾਂ ਆਪਣੇ ਚੰਨੀ ਨੂੰ ਰਿਸ਼ਤਾ ਕਰਾਉਣ ਨੂੰ ਕਹਿੰਦੇ ਆ ਕਿੱਧਰ ਤੁਰਿਆ ਫਿਰਦਾ ਦਿਮਾਗ ਇਹਦਾ ਕਿਹੜਾ ਹੋਏਗਾ ਆਪਣਾ ਹਾਏ ਹਾਏ ਕੀ ਉਹ ਤਾਂ ਵਿਆਹ ਤਾਂ ਹੈਗਾ ਇਹ ਤਾਂ ਵਿਆਹ ਹੈ ਜਿਹੜਾ ਜੇ ਵਿਚਾਰਾ ਨਾ ਵਿਆਹ ਹੈ ਸੁਣਦਾ ਨਹੀਂ ਗੱਲ ਇਹ ਭਾਈ ਕੀ ਗੱਲ ਆ ਭਾਈ ਇੱਕ ਮਿੰਟ ਤੋਂ ਚੁੱਪੀ ਕਰ ਜਾ ਪੁੱਤ ਹਾਂ ਤੂੰ ਬੋਲ ਮੈਂ ਤਾਂ ਇਹ ਕਹਿੰਨੀ ਆ ਹੁਣ ਤੱਕ ਬੱਚਾ ਨਹੀਂ ਹੋਇਆ ਡਾਕਟਰਾਂ ਨੇ ਵੀ ਜਵਾਬ ਦੇਤਾ ਤਾਂ ਕਹਿੰਨੀ ਆ ਤੈਨੂੰ ਵਿਆਹ ਕਰਦੀ ਉਹਦਾ ਨੂੰ ਸਾਸਾ ਸਕੀਮਾਂ ਬਣਾਈ ਜਾਂਦੇ ਹੋ ਹਾਂ ਸਕੀਮਾਂ ਸੱਚੀ ਜੇ ਚੰਨੀ ਦਾ ਵਿਆਹ ਹੋ ਦੇਖੀ ਜਾਓ
ਦੋਨੇ ਜਾਣੇ ਨਾ ਸਮਾਨ ਤੇ ਬੰਨੋ ਤੇ ਟੰਡੀ ਪਾਓ ਇੱਥੇ ਐਵੇਂ ਮੇਰੇ ਘਰੇ ਇਹ ਕੁਛ ਨਹੀਂ ਹੁੰਦਾ ਜਵਾਕ ਹੋਵੇ ਤੇ ਨਾ ਹੋਵੇ ਕੋਈ ਮਸਲਾ ਨਹੀਂ ਅੱਛਾ ਜੇ ਕੱਲ ਨੂੰ ਜਵਾਕ ਉੱਥੋਂ ਤੂੰ ਗੱਲ ਸੁਣ ਜੇ ਕੱਲ ਨੂੰ ਤੇਰੇ ਜਵਾਕ ਨਾ ਹੋਵੇ ਮੈਂ ਤੈਨੂੰ ਘਰੋਂ ਕੱਢ ਦੂੰਗਾ ਤੇ ਮੁੜ ਕੇ ਮੈਂ ਵਿਆਹ ਹੋ ਕਰ ਦੂੰਗਾ ਬਾਪੂ ਜੀ ਤੁਸੀਂ ਤਾਂ ਪੁੱਠੇ ਬਸ ਨਹੀਂ ਪਾਲੀ ਅਸੀਂ ਇਹਨੂੰ ਘਰੋਂ ਨਹੀਂ ਕੱਢਦੇ ਅਸੀਂ ਕਿਹਾ ਵੀ ਦੋਨੇ ਇਕੱਠੀਆਂ ਰਹੇ ਜਾਇਆ ਕਰਨਗੀਆਂ ਉਹਨੂੰ ਵੀ ਨਹੀਂ ਕੱਢਦੇ ਹਾਂ ਉਹਨੂੰ ਥੋੜੀ ਕੱਢਦੇ ਅਸੀਂ ਅੱਛਾ ਦੋਨੇ ਇਕੱਠੇ ਨਾਲ ਰਹਿ ਜਾਣਗੀਆਂ ਇਹ ਆਦਾ ਹਿਸਾਬ ਕਿਤਾਬ ਆ ਕੇ ਕੋਲੇ ਰੱਖੋ ਠੀਕ ਹੈ ਸਾਂਭ ਕੇ ਰੱਖੋ ਗੱਲ ਸੁਣ ਲੈ ਤੂੰ ਬੋਤਲੇ ਜੀ ਜੇਕਰ ਕੱਲ ਨੂੰ ਮੁੰਡੇ ਨੂੰ ਕੁਛ ਕਿਹਾ ਜਾਂ ਵਿਆਹ ਦੀ ਗੱਲ ਛੇੜੀ ਇਹ ਹਿਸਾਬ ਲਾ ਲਾ ਆ ਗਲਾਸੇ ਬਹੁਤ ਸਸਤੇ ਹੋਏ ਪਏ ਆ ਡਾਟਾ ਲਾ ਦੂੰਗਾ ਇੱਕੇ ਨਾਲ ਹੀ ਮੈਂ ਮਰ ਜਾ ਇਹ ਨਹੀਂ ਸਮਝਦਾ ਮੰਮੀ ਉਹ ਨਾ ਇਹ ਬਾਪੂ ਦੇ ਚੰਨੀ ਨੂੰ ਨਾ ਤਵੀਦ ਕੋਲ ਪਿਉਂਦੀ ਹੈ ਤਾਂ ਹੀ ਤਾਂ ਉਥੇ ਦੀ ਸਹਿਜ ਬੋਲਦੇ ਸਹੀ ਗੱਲ ਹੈ ਪੁੱਤ ਹਾਂ ਇਹੋ ਗਾਟੇ ਲਾ ਦੇਣਾ ਨਾਲੇ ਤਵੀਦ ਦੇ ਨਾਲ ਸਾਰਾ ਕੁਝ ਵਿੱਚੇ ਜਾਊਗਾ ਭਾਈ ਤੂੰ ਪਹਿਲਾਂ ਮਾੜਾ ਮੋਟਾ ਸਮਝਾਉਣਾ ਸੀਗਾ ਨਾ ਬੇਬੇ ਨਾ ਮਾਂ ਤੈਨੂੰ ਕੋਈ ਗੱਲ ਨਹੀਂ ਜਵਾਕ ਦਾ ਕੀ ਆ ਜਵਾਕ ਤਾਂ 2 ਸਾਲਾਂ ਨੂੰ ਹੋ ਜੂਗਾ ਕਿੱਡੀ ਗੱਲ ਆ ਤੂੰ ਉਹਨੂੰ ਮਾਰਾ ਮਾਰਿਆ ਬਾਪੂ ਜੀ ਤਾਂ ਡਾਕਟਰ ਨੇ ਜਵਾਬ ਹੀ ਦੇਤਾ ਮੈਂ ਤਾਂ ਚੰਨੀ ਬਾਰੇ ਸੋਚਦੀ ਵਿਚਾਰੇ ਮੇਰੇ ਛੋਟੇ ਭਾਈਆਂ ਵਰਗਾ ਵੀ ਉਹਦਾ ਕੀ ਬਣੂਗਾ ਗੱਲ ਸੁਣ ਲੈ ਤੇਰੀ ਗੱਲ ਸੁਣ ਬਣੇਗਾ ਮੈਂ ਚੁੱਪ ਕਰਦੇ ਪੁੱਤ ਮੈਨੂੰ ਤਾਂ ਲੱਗਦਾ ਦੋਨੇ ਬਸ ਚ ਕਰ ਛੱਡਿਆ ਕਰੇ ਹੋਏ ਹਾਂ ਤੇਰੀ ਮੇਰੀ ਤਾਂ ਕੋਈ ਗੱਲ ਹੀ ਨਹੀਂ ਸੁਣਦਾ ਇਸ ਬੱਚਾ ਮਤਲਬ ਕੀ ਕਹੀ ਜਾਂਦਾ ਸੁਣਦਾ ਨਹੀਂ ਤੈਨੂੰ ਚੁੱਪ ਕਰਨ ਦਾ ਜਾਂਦੀ ਤੂੰ ਕਿੱਥੇ ਭਾਈ ਤੇਰੇ ਪੈਣੇ ਨੇ ਦੇਖ ਲੈ ਪੁੱਤ ਅੱਜ ਤੱਕ ਮੇਰੇ ਕਦੇ ਹੱਥ ਨਹੀਂ ਚੱਕਿਆ ਅੱਜ ਇੰਨੀ ਕੀ ਗੱਲ ਪੁੱਛੀ ਹੱਥ ਚੱਕਦਾ ਬਾਪੂ ਆਈ ਕਸਰ ਰਹਿ ਗਈ ਸੀ ਤੁਹਾਡੇ ਇੱਕ ਮਿੰਟ ਆ ਤੂੰ ਅੱਜ ਤੱਕ ਇਹ ਗੱਲ ਵੀ ਨਹੀਂ ਕਰੀ ਅੱਜ ਤੱਕ ਆ ਗੱਲ ਹੁਣ ਕਰੀ ਐ ਤੇ ਹੱਥੀ ਚੱਕੂਗਾ ਹੋਰ ਕੀ ਕਰੂੰਗਾ ਉੱਤੋਂ ਤੂੰ ਤਾਂ ਚੁੱਪੀ ਕਰ ਜਾ ਮੈਂ ਦੱਸੀ ਗੱਲ ਮੈਂ ਇਹ ਰਿਸ਼ਤਾ ਭੁੱਲ ਦੂੰਗਾ ਤੂੰ ਮੇਰੀ ਨੂੰਹ ਆ ਮੈਂ ਤਾਂ ਤੂੰ ਧੀ ਬਣਾ ਕੇ ਰੱਖਿਆ ਆਹ ਗੱਲਾਂ ਕਰਨ ਲੱਗ ਗਈ ਆ ਕੇ ਤੈਨੂੰ ਤੇਰੇ ਜਵਾਬ ਨਾ ਹੋਵੇ ਤੈਨੂੰ ਘਰੋਂ ਕੱਢਦੇ ਕਿਹੜੇ ਤਰ੍ਹਾਂ ਤੁਸੀਂ ਕਹੇ ਮੇਰੇ ਘਰੇ ਜਵਾਬ ਦਾ ਘਰ ਹੀ ਨਹੀਂ ਸੌਂਦਾ ਬਸ ਚੁੱਪ ਅੱਜ ਮੇਰੇ ਘਰੇ ਅੱਜ ਨਾ ਅੱਜ ਹੋਵੇ ਗੱਲ ਨਾ ਕੱਲ ਹੋਵੇ ਬਸ ਜੋ ਗੱਲ ਕਹਿਤੀ ਸੋ ਕਹਿਤੀ ਬਸ ਤੂੰ ਸੁਣ ਲੈ ਗੱਲ ਪੁੱਤਲੇ ਜੀ ਮੈਂ ਤੇ ਜਾ ਕੇ ਹੁਣ ਦੋ ਆ ਬਾਅਦ ਦੇ ਰੋਜ਼ ਸੈਂਟਰ ਲਾ ਲੈਣੀ ਆ ਆ ਛੋਟੇ ਹੋਵੇ ਵੱਡੇ ਹੋਵੇ ਆ ਦੇ ਖਿੱਚ ਤੂੰ ਜਿਹੜੇ ਦੋ ਰਹਿ ਗਏ ਬਸ ਪਰ ਉਹ ਕੁੜੀ ਇਸੇ ਘਰੇ ਆਊ ਨਾ ਮੈਂ ਤੈਨੂੰ ਵਿਆਹ ਹੋਣ ਦੇਵਾਂ ਵਿੱਚੇ ਤੈਨੂੰ ਨੀ ਕੱਢੂਗਾ ਤੈਨੂੰ ਮੇਰੇ ਲੱਗਦਾ ਉਹ ਕਿਸੇ ਦੀ ਧੀ ਨੀ ਗੀ ਅੱਛਾ ਜੇ ਜਵਾਕ ਨਾ ਉਹ ਘਰੋਂ ਕੱਢ ਦਿਓ ਮੇਰੇ ਘਰੇ ਵੇਹ ਕਸੂਦਾ ਆਹ ਲੋਕੀ ਇਹਨੂੰ ਮੈਨੂੰ ਸਰਪੰਚ ਕਹਿੰਦੇ ਆਹ ਹੁਣ ਜਵਾਕ ਨਾ ਹੋਵੇ ਤਾਂ ਘਰੋਂ ਕੱਢ ਦਿਓ ਮੈਂ ਨੀ ਕਦੇ ਕੁੱਟਣ ਦਿੰਦਾ ਕੋਈ ਰਾਜੀ ਰਹੋ ਚਾਹੇ ਗੁੱਸੇ ਰਹੋ ਹੁਣ ਦੇਖੋ ਮੈਂ ਤੁਹਾਡੇ ਨਿਗਾਹ ਰੱਖਿਆ ਕਰੂੰ ਬਣਾਉ ਸੋਭੀ ਰੇਲ ਮੈਂ ਸੁੱਥੋਂ ਕਰਾਊਂਗਾ ਇਹ ਕੁਛ ਜੇ ਨਾ ਗਾਟਾ ਲਾਇਆ ਤਾਂ ਮੈਨੂੰ ਚਾਹਨਾ ਕਿਹੜਾ ਕਹੂੰਗਾ ਕੋਈ ਨੀ ਅੱਜ ਹੀ ਲੈ ਦੇਖ ਲੈ ਮੰਮੀ ਅੱਜ ਤਾਂ ਬਾਪੂ ਨੇ ਹੱਥ ਦੀ ਕਰਕੇ ਰੱਖਤੀ ਤੇਰੇ ਤੇ ਥੱਪੜ ਮਾਰਿਆ ਜੋ ਮਾਰਿਆ ਹਜੇ ਮੇਰੇ ਵੀ ਡਾਂਗਾ ਲਾਉਣ ਨੂੰ ਫਿਰਦੇ ਸੀ ਨਾ ਤਾਂ ਆਪਣੀ ਬਾਪੂ ਸੁਣੇ ਨਾ ਸੁਣੇ ਚੰਨੀ ਇਹਨਾਂ ਨੇ ਤਾਂ ਪੱਕੇ ਦਵੀਤ ਘੋਲ ਕੇ ਪਿਆਏ ਹੋਏ ਨੇ ਚੰਗੀ ਤਰ੍ਹਾਂ ਬਸ ਕੀਤਾ ਹੈਗਾ ਹਾਂ ਚੰਗੀ ਤਰ੍ਹਾਂ ਬਸ ਕਰ ਰੱਖਿਆ ਹੈਗਾ ਇਹਦਾ ਤਾਂ ਕੋਈ ਨਾ ਪੁੱਤ ਆਪਾਂ ਹੱਲ ਲੱਭੀਏ ਐ ਤਾਂ ਨੋਟ ਨਹੀਂ ਆਉਣੀ ਕਹਾਣੀ ਘਰ ਦੀ ਹੱਲ ਹੱਲ ਤਾਂ ਮੰਮੀ ਜਿਹੜੇ ਡਾਕਟਰ ਨਹੀਂ ਕਰ ਸਕਦੇ ਤੇ ਹੋਰ ਕੋਈ ਵੀ ਨਹੀਂ ਸਿਆਣਾ ਸੱਪਾ ਨਹੀਂ ਕਰ ਸਕਦਾ ਨਾ ਉਹ ਹੱਲ ਮੇਰੇ ਕੋ ਹੈਗਾ ਕੀ ਆ ਪੁੱਤ ਇਹ ਜਿਹਾ ਹੱਲ ਚੱਲਦੀ ਘਟ ਨਾਲੇ ਆਪਣਾ ਨਾ ਨਾਲੇ ਆਪਣਾ ਕਹਿੰਦੇ ਹੁੰਦੇ ਆ ਸੱਪ ਵੀ ਮਰ ਜੇ ਨਾਲੇ ਸੋਟੀ ਵੀ ਨਾ ਟੁੱਟੇ ਉਹ ਗੱਲ ਕਰ ਤੂੰ ਤੂੰ ਮੈਨੂੰ ਇਹੋ ਜਿਹੇ ਮਿਹਣੇ ਦਿਆ ਕਰਨਾ ਜਿਹੜੀ ਇਹ ਆਪ ਘਰ ਛੱਡ ਕੇ ਜਾਣ ਨੂੰ ਮਜਬੂਰ ਹੋ ਜੇ ਮੈਂ ਵੀ ਦਿਆ ਕਰੂੰ ਤੂੰ ਵੀ ਉੱਠਦੀ ਪੈਂਦੀ ਨੂੰ ਜਦੋਂ ਮਿਲੇ ਨਾ ਇਹਨੂੰ ਮਿਹਣੇ ਇਹ ਤਾਂ ਆਪੇ ਘਰ ਛੱਡ ਕੇ ਜਾਊ ਜਦੇ ਘਰ ਛੱਡ ਕੇ ਚੱਲ ਗਈ ਚੰਨੀ ਤਾਂ ਆਪੇ ਦੂਜਾ ਵਿਆਹ ਕਰਾਊਗਾ ਹਾਏ ਹਾਏ ਤੇਰਾ ਤਾਂ ਦਿਮਾਗ ਹੀ ਬੜਾ ਕੰਮ ਕਰਦਾ ਤੂੰ ਤਾਂ ਮੈਨੂੰ ਵਧੀਆ ਸਕੀਮ ਦੱਸਤੀ ਆ ਸਕੀਮ ਫਿਰ ਆਪਾਂ ਪਹਿਲਾਂ ਕਿਉਂ ਨਾ ਲੜਾਈ ਚੱਲ ਕੋਈ ਨਾ ਮੰਮੀ ਇਹ ਵੀ ਟਾਈਮ ਹੁੰਦਾ ਜਿੰਨਾ ਉਹਦਾ ਦਾਣਾ ਪਾਣੀ ਲਿਖਿਆ ਸੀ ਨਾ ਖਾ ਲਿਆ ਉਹਨੇ ਸਹੀ ਗੱਲ ਹੈ ਇਧਰੋਂ ਮੈਂ ਲਿਓ ਮੇਰੀ ਛੋਟੀ ਭੈਣ ਦਾ ਰਿਸ਼ਤਾ ਨਾਲੇ ਦੇਖੀ ਕਿਵੇਂ ਕੰਮ ਕਰੂ ਭੱਜ ਭੱਜ ਕੇ ਇਹਦਾ ਕਦੇ ਆ ਦੁਖਦਾ ਕਦੇ ਉਹ ਦੁਖਦਾ ਫਿਰਦੀ ਰਹਿੰਦੀ ਗੱਲ ਪੱਕੀ ਹੈ ਇਹਦਾ ਹੱਡ ਨਾ ਭੰਨੀ ਰੱਖਿਆ ਕਰੋ ਮੇਰੇ ਮਾਰ ਮਾਰ ਕੇ ਇਹਨੂੰ ਰਹਿਣ ਜੋਗਰੀ ਇੱਥੇ ਛੱਡਦੀਆਂ ਨਹੀਂ ਆਪਾਂ ਤੇ ਕੰਮ ਸਾਰੇ ਇਸੇ ਤੋਂ ਕਰਾਉਣਾ ਆਪਾਂ ਨਹੀਂ ਕਰਿਆ ਕਰਨਾ ਕਦੇ ਤੂੰ ਸਿਰ ਬੰਨ ਲਿਆ ਕਦੇ ਮੈਂ ਬਸ ਐਂ ਚੱਲੂ ਬਸ ਆਪਾਂ ਨਾ ਇੱਕ ਦੂਜੇ ਦਾ ਸਾਥ ਨਹੀਂ ਛੱਡਣਾ ਬਸ ਠੀਕ ਹੈ ਮੰਮੀ ਠੀਕ ਹੈ ਹੁਣ ਆ ਮੇਰਾ ਸਾਥ ਛੱਡ ਜੀ ਕਿਤੇ ਬਾਪੂ ਤੂੰ ਕੁੱਟ ਤੋੜਦੀ ਤੂੰ ਪਿੱਛੇ ਹੋ ਜੀ ਮੈਂ ਤਾਂ ਨਹੀਂ ਦੀ ਚੱਲ ਅੱਜ ਜਿਹੜਾ ਮਾਰਿਆ ਨਾ ਇਹਦਾ ਬਦਲਾ ਦੁੱਗਣਾ ਮੈਂ ਲੈ ਕੇ ਦਿਖਾਉਂਗਾ ਬਸ ਠੀਕ ਹੈ ਮੰਮੀ ਠੀਕ ਹੈ ਨਾ ਕਰਦੇ ਸ਼ਕੀਨ ਸਰੂ ਹੁਣ ਤੋਂ ਚੱਲ ਠੀਕ ਹੈ ਐਂ ਕਰ ਹੁਣ ਪੁੱਤ ਥੋੜੀ ਜੀ ਮੈਨੂੰ ਤਾਂ ਚਾਹ ਪਿਆ ਦੀ ਮੇਰਾ ਤਾਂ ਸਿਰ ਜਾ ਰੁਕਣ ਲੱਗ ਗਿਆ ਕੋਈ ਗੱਲ ਨਹੀਂ ਨਾ ਨਹੀਂ ਚੱਲ ਠੀਕ ਹੈ ਉਹ ਕਰਾਂਗੇ ਨਾ ਸਿੱਧੀ ਇਹ ਕੀ ਬਣੀ ਫਿਰਦੀ ਆਪਦੇ ਆਪ ਨੂੰ ਵੀ ਮੈਂ ਚੰਨੀ ਨੂੰ ਬਸ ਚ ਕਰ ਲਿਆ ਆਪਦੇ ਸਹੁਰੇ ਨੂੰ ਬਸ ਚ ਕਰ ਲਿਆ ਦੇਖੀ ਤੇਰੀਆਂ ਰਸੀ ਕਰਦੀਆਂ ਦੋਨੇ ਜਾਣੀਆਂ ਰਟਕਾਂ ਉਹ ਜਾਂ ਮੇਰੇ ਕੱਪੜੇ ਪ੍ਰੈਸ ਕਰਦੇ ਜਵਾਕ ਬੱਚਾ ਦਿੰਦੇ ਹੈਗੇ ਤੇ ਉਹਨਾਂ ਨੇ ਫੋਨ ਆਇਆ ਸੀਗਾ ਤਾਂ ਉੱਥੇ ਜਾ ਕੇ ਆਉਣਾ ਮੈਂ
ਤੁਸੀਂ ਐਦਾਂ ਕਰਿਓ ਦੀਦੀ ਕੋਲ ਵੀ ਜਾਇਓ ਸੰਧਾਰਾ ਦੇ ਆਇਓ ਚਲੋ ਠੀਕ ਹੈ ਫਿਰ ਮੈਂ ਕੱਪੜੇ ਪ੍ਰੈਸ ਕਰ ਦਿੰਦੀ ਹਾਂ ਠੀਕ ਕਰ ਦਿੰਦੀ बार भी कोई नहीं है चल देखते बच्चे तो गुड़िया बुलबुल लगता परमात्मा तेरी सुन ली हां जी ये तो है वाहिगुरु जी ने मेरी सुन ली देख बुलबुल गल मेरी समझ आप करते हैं बाबे नु लिखाया उन्हें भी किदा बच्चा है पूछ लैने नहीं जी इती मेरी है तुसी ऐ ते देखो अब्बा बच्चे दी भाल विच भटकदे रहने आ ते आ देखो बेचारी निक्की जान नु पता नहीं कौन छड गया देख ला किन्ने लोग पत्थर दिला अपा ती वास्ते तरसदे फिरदे आ लोग देख ला इत्थे ऐ रख के चलो जी कोई ना ਹੁਣ ਆਪਾਂ ਨਾ ਇਹਦੀ ਦੇਖਭਾਲ ਆਪਾਂ ਕਰਾਂਗੇ ਠੀਕ ਆ ਚਲ ਮੈਂ ਇੱਕ ਵਾਰੀ ਮੇਰਾ ਫਰਜ਼ ਬਣ ਨਹੀਂ ਜੀ ਤੁਸੀਂ ਚੱਲੋ ਘਰੇ ਬਸ ਅੱਜ ਤੋਂ ਬਾਅਦ ਇਹ ਧੀ ਮੇਰੀ ਆ ਕਿਉਂ ਬੱਤੇ ਕਿਉਂ ਬਾਪੂ ਜੀ ਸਹੀ ਕਹਿੰਦੇ ਸੀ ਕਿ ਸਬਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਤੇ ਆਹ ਦੇਖੋ ਹਾਂ ਤੇ ਫਲ ਵੀ ਬਹੁਤ ਮਿੱਠਾ ਮਿਲਿਆ ਤੈਨੂੰ ਹਾਂਜੀ ਕਿੰਨੀ ਸੋਹਣੀ ਹੈ ਨਾ ਕੁੜੀਆ ਜਮਾ ਤੇਰੇ ਵਰਗੀ ਹੈ ਤੇ ਲੈ किधर जाने तुम भी बैठ इधर आके करता सोचना गल मैं जवाब पता नहीं कि जवाब देता तू भी जवाब देता नंद ने भी जवाब देता गह हूं देख ला फिर परमात्मा भी पता लग गया सब ने जवाब दिता हूं मेनू आना हो फिर परमात्मा आप बौड़े आके देखो गुरुद्वारे मत्था टेकन गए थे परमात्मा ने उसने देता ਨੇ ਬਾਪੂ ਇਲਜ਼ਾਮ ਨਾ ਲਾਓ ਮੇਰੇ ਤੇ ਵੀ ਮੈਂ ਉਹਨੂੰ ਜਵਾਬ ਦਿੱਤਾ ਅਗਲੀ ਨੇ ਜਵਾਬ ਤਾਂ ਆਪਦੇ ਮੂੰਹੋਂ ਆਪ ਲਿਆ ਅਖੀ ਲਿਖਤ ਲਿਖਾ ਕਰ ਲੋ ਐ ਆਪਣਾ ਜਵਾਬ ਕੌਣ ਲਿਖਤ ਲਿਖਾਈਆਂ ਕਰਦਾ ਹੁੰਦਾ
ਪੁੱਤ ਕੋਈ ਨੂੰ ਤੇ ਮਿਲਦਾ ਵੀ ਉਹਨੂੰ ਸਾਰਾ ਗੁੱਸਾ ਦੇਖਣ ਲਿਖਾਈ ਤਾਂ ਕਰਨੀ ਪੈਂਦੀ ਹੈ ਉਹਨੇ ਕਿੰਨੀ ਤੇਰੀ ਕਿੰਨੀ ਸੇਵਾ ਕਰੀ ਸੀਗੀ ਆਪਾਂ ਤਾਂ ਹੀ ਤਾਂ ਮੈਂ ਉਹਨੂੰ ਕਿਹਾ ਨਹੀਂ ਜੇ ਮੈਂ ਕਹਾਂ ਬਾਹਲਾ ਕਹੂੰਗਾ ਬਾਪੂ ਕਹੂੰਗਾ ਖਣੀ ਇਹਦੀ ਜ਼ਿਆਦਾ ਸਪੋਰਟ ਲੈਂਦਾ ਉਹ ਤਾਂ ਸਪੋਰਟ ਵਾਲੀ ਗੱਲ ਨਹੀਂ ਕੱਲ੍ਹ ਜੇ ਤੂੰ ਉਹਦੀ ਥਾਂ 'ਤੇ ਹੁੰਦੀ ਬੁਲਬੁਲ ਦੀ ਥਾਂ 'ਤੇ ਤੂੰ ਹੁੰਦੀ ਅਤੇ ਫਿਰ ਮੈਂ ਤੈਨੂੰ ਫਿਰ ਨਾ ਕਹਿੰਦਾ ਮੈਨੂੰ ਤਾਂ ਪੁੱਤ ਤੂੰ ਵੀ ਉਹ ਜਿਹੀ ਆ ਕਹਿਣ ਨੂੰ ਕੁਛ ਮਰਜ਼ੀ ਕਹੀ ਜਾਂਦਾ ਮੈਨੂੰ ਉਹ ਵੀ ਉਹੀ ਇੱਕੋ ਜਿਹੀ ਆ ਤੁਸੀਂ ਦੋਨੇ ਇੱਕੋ ਜਿਹੀ ਆ ਮੈਂ ਕਦੇ ਵੀ ਛੋਟੇ 'ਚ ਫਰਕ ਨਹੀਂ ਰੱਖਿਆ ਅਤੇ ਨਾ ਹੀ ਮੈਂ ਰੱਖਾਂ ਪਰ ਜਿਹੜੀ ਗੱਲ ਸਹੀ ਆ ਹੁਣ ਤੁਸੀਂ ਉਦੋਂ ਮੈਨੂੰ ਕਹੀ ਸੀਗੀ ਵੀ ਆਪਾਂ ਵਿਆਹ ਕਰਨਾ ਚਾਹੁੰਦੇ ਨਾ ਉੱਥੇ ਪੁੱਤ ਤੁਸੀਂ ਗਲਤ ਸੀ ਤੁਸੀਂ ਆਪ ਹੀ ਦੇਖ ਲਾ ਜੇ ਆਪਾਂ ਵਿਆਹ ਕਰ ਦਿੰਦੇ ਹਾਂ ਚੱਲ ਤੂੰ ਤਾਂ ਭਾਵੇਂ ਫਾਇਦੇ ਨੂੰ ਕਹਿਣੀ ਆ ਚੱਲ ਮੈਂ ਮੰਨ ਲਈ ਗੱਲ ਜੇ ਕੱਲ੍ਹ ਨੂੰ ਜਿਹਦੇ ਨਾਲ ਆਪਾਂ ਵਿਆਹ ਕਰਦੇ ਜੋ ਮਾਰੀ ਆ ਕੇ ਬੋਲਬੋਲ ਨੂੰ ਘਰੋਂ ਕੱਢਦੇ ਫਿਰ ਤੁਸੀਂ ਕੀ ਕਰਦੇ ਆ ਤੂੰ ਆਪਦੇ ਮੂੰਹੋਂ ਇਹ ਗੱਲ ਕਹਿਣੀ ਸੀ ਬਾਪੂ ਹੱਥੋਂ ਬਹੁਤ ਵੱਡੀ ਗਲਤੀ ਹੋ ਗਈ ਅੱਜ ਤਾਂ ਫਾਇਦਾ ਕਰਦੇ ਨਹੀਂ ਨੁਕਸਾਨ ਹੋ ਗਿਆ ਕਿਸੇ ਦਿਲ 'ਚ ਵੜ ਜਾਵਾਂਗੇ ਆਪਾਂ ਉਹ ਤਾਂ ਬਾਪੂ ਠੀਕ ਹੈ ਕਿਸੇ ਦੇ ਦਿਲ 'ਚ ਨਹੀਂ ਵੜ ਜਾਂਦਾ ਪੁੱਤ ਮੈਂ ਤੈਨੂੰ ਕੋਈ ਗਲਤ ਨਹੀਂ ਕਹਿੰਦਾ ਵੀ ਤੂੰ ਗਲਤ ਕਰਦੀ ਹੈ ਤੂੰ ਤਾਂ ਫਾਇਦਾ ਕਰਦੀ ਸੀ ਵੀ ਚੱਲ ਆਪਣੇ ਘਰ ਜਵਾ ਕੇ ਇੱਕ ਹੋਰ ਹੋ ਜੂ ਪਰ ਪੁੱਤ ਇਹ ਤੈਨੂੰ ਪਤਾ ਅੱਜ ਕੱਲ੍ਹ ਫਾਇਦੇ ਕਰਨੇ ਗਲਤ ਹੋ ਜਾਂਦੇ ਆ ਉਹ ਜੀ ਇਹ ਹੈ ਤੇ ਮਗਾ ਲੱਗ ਜਾਂਦੀ ਹੈ ਚਲ ਕੋਈ ਨਾ ਬਾਪੂ ਅਸੀਂ ਕੀ ਆ ਜਿਨਾ ਜਿਨਾਂ ਨੂੰ ਕਹਿਣਾ ਸੀ ਆਪਾਂ ਕੱਲ ਨੂੰ ਨਿੰਮ ਮੰਨਾਂਗੇ ਫਿਰ ਇਹਦੀ ਹਾਂ ਨਿੰਮ ਮੰਨੇਗਾ ਬੱਤ ਹਾਂਜੀ ਆ ਮੇਰਾ ਸ਼ੇਰ ਆ ਤਾਂ ਖੁਸ਼ੀ ਹੈ ਇਹਨੂੰ ਵੀ ਖੁਸ਼ੀ ਹੁੰਦਾ ਹਾਂ ਮੈਨੂੰ ਵੀ ਖੁਸ਼ੀ ਹੈ ਮੈਂ ਕਿਹੜਾ ਘਰੋਂ ਕੱਢਦੀ ਆ ਉਹ ਨਹੀਂ ਆ ਨਾ ਚੱਲ ਗਈ ਲੱਛਾਂ ਜਿਹੜਾ ਕਰ ਲਾਉਂਗੀ ਪੂਰਾ ਮੂੰਹ ਇਤਰਾ ਖੁਸ਼ ਹੋਇਆ ਜੇ ਆਹੋ ਇਹ ਵਾਸਤੇ ਵੀ ਮੈਂ ਸਾਗਣ ਰੱਖਿਆ ਬਥੇਰਾ ਸਾਰਾ ਇਹ ਤਾਂ ਉਹ ਦੇਣਾ ਪਊਗਾ ਮਾੜਾ ਇਹ ਤਾਂ ਚੰਗੀ ਚੀਜ਼ ਦੇਣੀ ਭੁਖਰਾ ਕਾਲੀ ਕੋਈ ਨਹੀਂ ਹਾਂ ਤੇਰੀ ਸੋਚੀ ਹੈ ਹਾਂ ਹਾਂ ਚੱਲ ਲੈ ਪੁੱਤ ਤੈਨੂੰ ਜਗਾ ਦੇ ਹਾਂ ਹੁਣ ਤਾਂ ਦੋ ਦੋ ਸੁਣ ਲੀਆਂ ਲੈ ਜੋ ਪ੍ਰਮਾਤਮਾ ਸੁਣਦਾ ਨਾ ਕਹਿੰਦੇ ਕਿ ਐਂ ਸੁਣਦਾਗਾ ਅਜੇ ਰੱਬ ਨੇ ਦਿੱਤੇ ਨਾ ਗੱਫਾ ਹੀ ਦਿੱਤਾ ਕੋਈ ਨਹੀਂ ਭਾਵੇਂ ਮੁੰਡਾ ਚਾਹੇ ਕੁੜੀ ਪ੍ਰਮਾਤਮਾ ਨੇ ਝੋਲੀ ਭਰਤੀ ਮੈਂ ਤਾਂ ਹੁਣ ਬੁਲਬੁਲ ਖੁਸ਼ ਹੋ ਜੂਗੀ ਤੇ ਨਾਲੇ ਆਪਾਂ ਖੁਸ਼ ਹੋਏ ਨਾ ਤੁਸੀਂ ਉਸਦੇ ਆਪਾਂ ਸਾਰਾ ਪਰਿਵਾਰ ਖੁਸ਼ ਆ ਤੇ ਨਾਲੇ ਆਪਾਂ ਚੰਨੀ ਖੁਸ਼ ਆ ਤਾਂ ਚਾਹੀ ਕਹਿੰਦੇ ਵੀ ਪ੍ਰਮਾਤਮਾ ਦੇ ਭਰੋਸਾ ਰੱਖਣਾ ਚਾਹੀਦਾ ਪਰ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਲక్ష్ਮੀ ਆ ਗਈ ਕਰੀ ਸਭ ਦੀ ਸੋਹਣੀ ਪ੍ਰਮਾਤਮਾ ਇਹ ਵਾਹਿਗੁਰੂ 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 ਹਾਂਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖ ਕੇ ਹਟਿਆ ਹੋ ਤੇ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਉਹ ਤਾਂ ਤੁਸੀਂ ਸਾਨੂੰ ਦੱਸਣਾ ਤੇ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਕਿਵੇਂ ਲੱਗੀ ਆ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਵੀਡੀਓ ਵਿੱਚ ਕਈ ਵਾਰ ਜੇ ਕੁਝ ਬਦਲਣਾ ਹੋਵੇ ਜਾਂ ਕੋਈ ਗੱਲਬਾਤ ਹੁੰਦੀ ਆ ਉਹ ਸਾਨੂੰ ਕਮੈਂਟਾਂ ਰਾਹੀਂ ਜ਼ਰੂਰ ਦੱਸਿਆ ਕਰੋ ਕਿਉਂਕਿ ਤੁਹਾਡੇ ਦੱਸਣ ਨਾਲ ਸਾਨੂੰ ਪਤਾ ਲੱਗਦਾ ਵੀ ਸਾਡੇ ਵਿੱਚ ਆਹ ਕਮੀ ਆ ਅਸੀਂ ਉਹ ਕਮੀ ਨੂੰ ਦੂਰ ਕਰ ਸਕੀਏ ਇਹ ਤੁਸੀਂ ਤਾਂ ਸਾਨੂੰ ਦੱਸਿਆ ਕਰੋ ਤੇ ਜੇ ਸਾਨੂੰ ਕੋਈ ਹੋਰ ਨਵਾਂ ਕਨਸੈਪਟ ਚਾਹੀਦਾ ਵੀ ਕਿਹੋ ਜਿਹਾ ਵੀ ਚਾਹੀਦਾ ਗਾ ਅਸੀਂ ਉਹੋ ਜਿਹਾ ਤੁਹਾਨੂੰ ਦੇਵਾਂਗੇ ਸਾਨੂੰ ਦੱਸਿਆ ਕਰੋ ਕਮੈਂਟਾਂ ਵਿੱਚ ਵੀ ਸਾਨੂੰ ਆਹ ਚੀਜ਼ ਚਾਹੀਦੀ ਅਸੀਂ ਉਹੋ ਜਿਹੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਨੂੰ ਤੁਹਾਨੂੰ ਬਣਾ ਕੇ ਦੇਵਾਂਗੇ ਕਿਉਂਕਿ ਅਸੀਂ ਤੁਹਾਡੇ ਵਾਸਤੇ ਸਾਰਾ ਕੁਝ ਕਰਦੇ ਹਾਂ ਤੁਹਾਨੂੰ ਜੇ ਤੁਹਾਡਾ ਮਨੋਰੰਜਨ ਨਾ ਹੋਊਗਾ ਪੂਰਾ ਫਿਰ ਸਾਨੂੰ ਬਣਾਉਣ ਦਾ ਇਹਦੇ ਵਿੱਚ ਕੋਈ ਫਾਇਦਾ ਨਹੀਂਗਾ ਤੇ ਜੇ ਤੁਸੀਂ ਖੁਸ਼ ਹੋਵੋਗੇ ਫਿਰ ਹੀ ਅਸੀਂ ਖੁਸ਼ ਹੋਵਾਂਗੇ ਤੇ ਬਾਕੀ ਸਾਡੇ ਚੰਨੀ ਜੀ ਬੋਲਣਗੇ ਤੇ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਲਾਜ਼ਮੀ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਧੰਨਵਾਦ ਸਤਿ ਸ੍ਰੀ ਅਕਾਲ ਜੀ